ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਟਰੈਵਲ ਕਿਕਸ 'ਤੇ ਤੁਹਾਡਾ ਸਵਾਗਤ ਹੈ। ਲਓ ਜੀ, ਜਿਵੇਂ ਰੋਡ ਵੇਖ ਕੇ ਤੁਸੀਂ ਪਹਿਚਾਣ ਹੀ ਗਏ ਹੋਵੋਗੇ ਕਿ ਇਹ ਲਾਡੋਵਾਲ ਵਾਲੀ ਰੋਡ ਹੈਗੀ, ਜਿਹੜੀ ਨਹਿਰਾਂ ਵਾਲੀ ਆ, ਜਿਹੜੀ ਕਿ ਸਾਊਥ ਸਿਟੀ ਵੱਜਦੀ ਹੋ ਕੇ ਜਾਂਦੀ ਆ ਲੁਧਿਆਣੇ ਤੋਂ। ਅਤੇ ਆਪਾਂ ਇੱਥੇ ਅੱਜ ਆਏ ਹਾਂਗੇ ਗ੍ਰੀਨ ਹਾਊਸ ਕੈਫੇ ਵੇਖਣ ਦੇ ਲਈ, ਅਤੇ ਅੱਜ ਆਪਾਂ ਇੱਥੋਂ ਦਾ ਫੂਡ ਇੰਜੋਏ ਕਰਾਂਗੇ ਅਤੇ ਇੱਥੋਂ ਦਾ ਜਿਹੜਾ ਮਾਹੌਲ ਆ ਉਹ ਵੇਖਾਂਗੇ ਕਿ ਕਿੱਦਾਂ ਦਾ। ਮੈਨੂੰ ਥੋੜ੍ਹੀ ਬਹੁਤੀ ਜਾਣਕਾਰੀ ਮਿਲੀ ਸੀ ਕਿ ਕੈਫੇ ਛੋਟਾ ਜਿਹਾ ਪਰ ਅੰਦਰੋਂ ਬਹੁਤ ਸੋਹਣਾ ਬਣਿਆ ਹੋਇਆ। ਚਲੋ ਆਪਾਂ ਅੰਦਰ ਚੱਲਦੇ ਹਾਂ ਅਤੇ ਆਪਾਂ ਸੱਚਾਈ ਵੇਖਦੇ ਹਾਂ ਵੀ ਕਿਹੋ ਜਿਹਾ ਬਣਿਆ ਹੋਇਆ। ਲਓ ਜੀ, ਇਹ ਹੈਗੀ ਇਹਦੀ ਮੇਨ ਐਂਟਰੀ, ਬਾਹਰੋਂ ਵਾਕਈ ਵੇਖਣ ਨੂੰ ਛੋਟਾ ਲੱਗ ਰਿਹਾ, ਅਤੇ ਚਲੋ ਆਪਾਂ ਅੰਦਰ ਦਾ ਮਾਹੌਲ ਦੇਖਦੇ ਹਾਂ। ਵਾਓ, ਲੈ ਵੀ ਅੰਦਰ ਜਿਵੇਂ ਆਪਾਂ ਪਹਿਲੀ ਝਲਕ ਵੇਖੀ ਹੈਗੀ ਤਾਂ ਬਹੁਤ ਸੋਹਣਾ ਲੱਗਾ ਆਪਾਂ ਨੂੰ। ਜਿਹੜੀ ਐਂਟਰੈਂਸ ਆ ਉਹ ਬਹੁਤ ਸੋਹਣੀ ਆ, ਕਮਾਲ ਦੀ ਐਂਟਰੈਂਸ ਦਿੱਤੀ ਵੀ ਹੈਗੀ। ਚਲੋ ਆਪਾਂ ਅੰਦਰ ਦਾ ਇੱਕ ਵਾਰੀ ਦੇਖਦੇ ਹਾਂ ਸਿਟਿੰਗ ਪਲੈਨ ਕਿੱਦਾਂ ਦਾ ਰੱਖਿਆ ਹੋਇਆ ਹੈ। ਚਿਮਨੀ ਵਗੈਰਾ ਲਾ ਰੱਖੀ ਹੈਗੀ, ਵਾਈਟ ਕਰਟਨਸ ਬਹੁਤ ਸੋਹਣੇ ਲੱਗ ਰਹੇ ਆ ਅਤੇ ਰੋਡ ਵਿਊ ਬਹੁਤ ਸੋਹਣਾ ਲੱਗ ਰਿਹਾ। ਅਤੇ ਇਸੇ ਤਰ੍ਹਾਂ ਹੀ ਆਪਾਂ ਇੱਕ ਝਲਕ ਹੋਰ ਲੈਂਦੇ ਹੋਏ ਮੇਨ ਕਾਊਂਟਰ ਦੀ ਐਂਟਰੈਂਸ ਦੀ, ਅਤੇ ਆਪਾਂ ਵੱਧਦੇ ਹਾਂ ਅੱਗੇ ਨੂੰ ਅਤੇ ਆਪਾਂ ਦੇਖਦੇ ਹਾਂਗੇ ਪਿੱਛੇ ਜਿਹੜਾ ਓਪਨ ਏਰੀਆ ਉਹ ਕਿੱਦਾਂ ਦਾ ਆਏਗਾ ਕੈਫੇ ਦਾ। ਵੇਅਰ ਦੀ ਮੈਜਿਕ ਹੈਪਨਸ, ਇੱਥੇ ਲਾਈਵ ਸਿੰਗਿੰਗ ਵਗੈਰਾ ਵਾਸਤੇ ਜਗ੍ਹਾ ਬਣੀ ਹੋਈ ਹੈ। ਲਓ ਜੀ, ਬਾਹਰ ਦਾ ਮਾਹੌਲ ਵਾਕਿਆ ਜਿਵੇਂ ਆਪਾਂ ਸੋਚਿਆ ਸੀਗਾ ਉੱਦਾਂ ਦਾ ਹੀ ਆ, ਬਹੁਤ ਖੂਬ। ਲੈ ਵੀ ਸਭ ਤੋਂ ਪਹਿਲਾਂ ਤਾਂ ਆਪਾਂ ਠੰਡ ਕਾਫੀ ਹੋ ਚੁੱਕੀ ਆ, ਥੋੜ੍ਹਾ ਅੱਗ ਦਾ ਸੇਕਾ ਲੈਂਦੇ ਹਾਂ, ਹੱਥ ਸੇਕਦੇ ਹਾਂ। ਥੱਲੇ ਚਿਪਸ ਪਾਈ ਹੋਈ ਆ, ਬਹੁਤ ਵਧੀਆ ਫੀਲਿੰਗ ਆ ਰਹੀ ਆ ਚੱਲਣ ਦੇ ਵਿੱਚ। ਜਿਹੜਾ ਕਲਰ ਕੰਬੀਨੇਸ਼ਨ ਉਹ ਵੀ ਬਹੁਤ ਸੋਹਣਾ ਰੱਖਿਆ ਗਿਆ ਹੈਗਾ ਫਰਨੀਚਰ ਦਾ। ਇਸ ਸਾਈਡ ਵੁਡਨ ਦੀ ਚੇਅਰਸ ਅਤੇ ਟੇਬਲ ਲੱਗੇ ਹੋਏ ਆ, ਅਤੇ ਸਾਹਮਣੇ ਸਕਰੀਨ ਜਿਹੜੀ ਕਿ ਈਵਨਿੰਗ ਟਾਈਮ ਚੱਲਦੀ ਹੋਊਗੀ, ਅਤੇ ਦੂਸਰੀ ਸਾਈਡ ਮੈਨੂੰ ਲੱਗਦਾ ਬਾਰ ਕਾਊਂਟਰ ਆ। ਖੈਰ, ਗ੍ਰੀਨ ਹਾਊਸ ਕੈਫੇ ਆਪਾਂ ਜਿੱਦਾਂ ਦਾ ਬਾਹਰੋਂ ਦੇਖਿਆ ਸੀ ਵੀ ਛੋਟੀ ਜਿਹੀ ਲੋਕੇਸ਼ਨ ਲੱਗ ਰਹੀ ਹੈਗੀ, ਉਹ ਗੱਲ ਨਹੀਂ ਕਿ ਬਹੁਤ ਘੈਂਟ ਬਣਿਆ ਹੋਇਆ। ਲਓ ਜੀ, ਇਹਨਾਂ ਨੇ ਆਲਰੇਡੀ ਜਾਂ ਤਾਂ ਅੱਜ ਕੋਈ ਹੈਪੀ ਬਰਥਡੇ ਦੇ ਰਿਲੇਟਡ ਕੋਈ ਪਾਰਟੀ ਵਗੈਰਾ ਇੱਥੇ ਹੋਊਗੀ, ਚਲੋ ਜੋ ਵੀ ਆ ਹੋਊਗਾ, ਪਰ ਡੈਕੋਰੇਸ਼ਨ ਸੋਹਣੀ ਕੀਤੀ ਹੋਈ ਆ, ਬਹੁਤ ਸੋਹਣੀ, ਫਰਨੀਚਰ ਵੀ ਬਹੁਤ ਸੋਹਣਾ ਸੀਗਾ। ਬਾਹਰ ਦਾ ਮਾਹੌਲ ਖੈਰ ਆਪਾਂ ਨੂੰ ਪਸੰਦ ਆ ਚੁੱਕਿਆ ਹੈਗਾ, ਬਹੁਤ ਵਧੀਆ ਮਾਹੌਲ ਹੈਗਾ। ਅਤੇ ਆਪਾਂ ਇੱਥੇ ਛੋਟੀ ਜਿਹੀ ਗੇੜੀ ਕੱਢਦੇ ਹਾਂ, ਇਹ ਜਿਹੜੀ ਇਹਨਾਂ ਨੇ ਪਿਛਲੇ ਪਾਸੇ ਦੀ ਵਾਲ ਬਣਾਈ ਹੋਈ ਆ ਉਹਨੂੰ ਵੀ ਪੂਰੀ ਲੁੱਕ ਦਿੱਤੀ ਹੋਈ ਆ। ਲਾਈਟਸ ਵਗੈਰਾ ਵੀ ਬਹੁਤ ਵਧੀਆ ਲੱਗ ਹੋਈਆਂ, ਜਿਵੇਂ ਸਟਰੀਟ ਲਾਈਟਸ ਹੁੰਦੀਆਂ ਨੇ। ਅਤੇ ਹੁਣ ਇਸ ਤੋਂ ਬਾਅਦ ਆਪਾਂ ਇੱਕ ਗੇੜੀ ਉੱਪਰ ਦੀ ਕੱਢਾਂਗੇ ਅਤੇ ਥੋੜ੍ਹਾ ਬਹੁਤਾ ਫੂਡ ਬਾਰੇ ਜਾਣਦੇ ਵੀ ਫੂਡ ਕਿਹੋ ਜਿਹਾ ਹੈ। ਖੈਰ, ਅੱਗ ਤੋਂ ਸਾਈਡ 'ਤੇ ਜਾਣ ਨੂੰ ਮਨ ਨਹੀਂ ਕਰ ਰਿਹਾ। ਵਿਚੜੇ ਦਾ ਆਲਣਾ ਵੀ ਟੰਗਿਆ ਹੋਇਆ ਵੀ ਬਹੁਤ ਵਧੀਆ। ਅਤੇ ਜੇ ਵਾਲ ਦੀ ਗੱਲ ਕਰੀਏ ਤਾਂ ਛੋਟੀ ਜਿਹੀ
ਛੋਟੀ ਜਿਹੀ ਕੱਚੀ ਵਾਲ ਰੱਖੀ ਗਈ ਹੈ ਜਾਣ ਬੁੱਝ ਕੇ, ਅਤੇ ਉਹਦੇ ਉੱਤੇ ਪੇਂਟਿੰਗਸ ਕੀਤੀਆਂ ਹੋਈਆਂ ਜਿਹੜੀਆਂ ਕਿ ਬਹੁਤ ਹੀ ਜ਼ਿਆਦਾ ਮਨ ਮੋਹ ਰਹੀਆਂ ਨੇ। ਅਤੇ ਆ ਜਾਓ ਹੁਣ ਆਪਾਂ ਉੱਪਰ ਨੂੰ ਚੱਲਦੇ ਹਾਂ ਅਤੇ ਉੱਪਰ ਦਾ ਮਾਹੌਲ ਦੇਖਦੇ ਹਾਂ ਜਿਹਦੇ ਆਪਾਂ ਖਾਸ ਕਰਕੇ ਫੈਨ ਹਾਂ। ਇਹ ਵੀ ਪਿਛਲਾ ਵੀ ਓਪਨ ਦਾ ਮਾਹੌਲ ਸੀ ਅਤੇ ਉੱਪਰ ਓਪਨ ਮਾਹੌਲ ਵੀ ਆ ਅਤੇ ਰੂਫ ਟੋਪ ਦਾ ਨਜ਼ਾਰਾ ਵੀ ਆਪਾਂ ਲਵਾਂਗੇ। ਵਾਓ, ਜੇ ਆਪਾਂ ਗੱਲ ਕਰੀਏ ਤਾਂ ਉੱਪਰ ਦਾ ਸਿਟਿੰਗ ਪਲੈਨ ਵੀ ਬਹੁਤ ਸੋਹਣਾ ਬਣਿਆ ਹੋਇਆ ਅਤੇ ਉੱਪਰੋਂ ਆਪਾਂ ਇੱਕ ਝਾਤੀ ਜਿਹੜੀ ਥੱਲੇ ਵੀ ਮਾਰਦੇ ਹੈਗੇ ਕਿ ਥੱਲੇ ਵੀ ਮਾਹੌਲ ਸਹੀ ਲੱਗ ਰਿਹਾ ਉੱਪਰੋਂ ਵੀ। ਅਤੇ ਬਾਹਰ ਨਹਿਰਾਂ ਦਾ ਨਜ਼ਾਰਾ ਤਾਂ ਕੁਛ ਹੋ ਰਹੀ ਆ, ਬਾਹਰ ਰੋਡ ਚੱਲ ਰਿਹਾ ਅਤੇ ਨਹਿਰਾਂ ਵੀ ਚੱਲ ਰਹੀਆਂ ਨੇ ਅਤੇ ਸਾਹਮਣੇ ਉਹ ਕੀ ਦੇਖ ਰਹੇ ਹਾਂ ਆਪਾਂ, ਉਹ ਵਾਓ ਬੈੱਡ ਬਣੇ ਹੋਏ ਆ ਜੀ, ਕਿਆ ਬਾਤ ਆ। ਤੁਸੀਂ ਢਾਬਿਆਂ ਦੀ ਤਰ੍ਹਾਂ ਬੈੱਡ 'ਤੇ ਬਹਿ ਕੇ ਖਾ ਸਕਦੇ ਹੋ, ਵਾਓ ਕਿਆ ਫੀਲਿੰਗ ਆ। ਦੇਖੋ ਕਨਸੈਪਟ ਬਹੁਤ ਦੇਖੇ ਆਪਾਂ, ਬਹੁਤ ਥਾਵਾਂ 'ਤੇ ਗਏ ਹਾਂ, ਅੰਦਰ ਬਾਹਰ ਬਹੁਤ ਘੁੰਮ ਚੁੱਕੇ ਹਾਂਗੇ ਅਤੇ ਆਪਾਂ ਨੂੰ ਹਰ ਥਾਂ 'ਤੇ ਕੋਈ ਨਾ ਕੋਈ ਵੱਖਰਾ ਕਨਸੈਪਟ ਵੇਖਣ ਨੂੰ ਮਿਲ ਹੀ ਜਾਂਦਾ, ਜਿੱਦਾਂ ਕਿ ਆਪਾਂ ਇੱਥੇ ਦੇਖ ਰਹੇ ਹਾਂ। ਇਹ ਕਨਸੈਪਟ ਪਹਿਲਾਂ ਮੈਂ ਕਿਸੇ ਵੀ ਵੀਡੀਓ 'ਚ ਆਪਦੀ 'ਚ ਨਹੀਂ ਲਿਆ, ਨਾ ਆਪਾਂ ਨੂੰ ਵੇਖਣ ਨੂੰ ਮਿਲਿਆ। ਬੈੱਡ ਲੱਗੇ ਆ, ਬੈੱਡ ਦੇ ਉੱਤੇ ਬਹਿ ਕੇ ਤੁਸੀਂ ਖਾ ਪੀ ਸਕਦੇ ਹੋ ਅਤੇ ਸਾਹਮਣੇ ਨਹਿਰ ਦਾ ਮਾਹੌਲ ਆ ਅਤੇ ਇਹ ਮੈਨੂੰ ਸਭ ਤੋਂ ਘੈਂਟ ਕੰਮ ਲੱਗਾ। ਅਤੇ ਇੱਧਰ ਦਾ ਮਾਹੌਲ ਵੀ ਪੂਰਾ ਘੈਂਟ ਆ, ਸਾਹਮਣੇ ਸਕਰੀਨ ਲਾਉਣ ਵਾਸਤੇ ਬਣਾਇਆ ਵਿਆ ਹੈਗਾ ਅਤੇ ਨਾਲ ਸਪੀਕਰ ਰੱਖੇ ਹੋਏ ਆ ਅਤੇ ਰੋਡ ਚੱਲ ਰਹੀ ਆ, ਰੋਡ ਦੇ ਨਾਲ ਵੀ ਆਪਾਂ ਆ ਸ਼ੀਸ਼ੇ ਨਾਲ ਜਿਹੜੇ ਟੇਬਲ ਰੱਖੇ ਆ ਚੇਅਰਸ ਇੱਥੇ ਬੈਠ ਸਕਦੇ ਹਾਂ। ਲੈ ਵੀ ਹੋਰ ਗੱਲਾਂ ਦੀਆਂ ਗੱਲਾਂ, ਮਾਹੌਲ ਬਣਾਉਣ ਵੱਲੋਂ ਕੋਈ ਕਮੀ ਨਹੀਂ ਰੱਖੀ ਗਈ। ਬਹੁਤ ਸੋਹਣਾ ਲੱਗਾ ਇਹ ਸਾਰਾ ਕੁਛ ਵੇਖ ਕੇ। ਇੱਧਰ ਬਾਰ ਕਾਊਂਟਰ ਆ ਚੁੱਕਿਆ ਹੈਗਾ, ਤੇ ਬਾਹਰ ਸਕਰੀਨ ਵੀ ਛੋਟੀ ਜਿਹੀ ਲੱਗੀ ਹੋਈ ਹੈ ਟੀਵੀ ਦੀ, ਤੇ ਵੱਡਾ ਸੋਫਾ ਵੱਡੇ ਗਰੁੱਪ ਦੇ ਬੈਠਣ ਵਾਸਤੇ ਵੀ ਲੱਗਾ ਹੋਇਆ ਹੈ। ਫਿਰ ਮਾਹੌਲ ਬਹੁਤ ਵਧੀਆ ਬਣਿਆ ਹੋਇਆ ਹੈ ਅਤੇ ਜਿਵੇਂ ਆਪਾਂ ਦੁਪਹਿਰੇ ਥੋੜ੍ਹਾ ਤਾਂ ਆਏ ਸੀ ਆਫਟਰਨੂਨ ਦੇ ਵਿੱਚ, ਤਾਂ ਜੋ ਥੋੜ੍ਹੀ ਵੀਡੀਓ ਵਧੀਆ ਤਰੀਕੇ ਨਾਲ ਬਣ ਜਾਂਦੀ ਆ, ਕਿਉਂਕਿ ਈਵਨਿੰਗ ਦੇ ਵਿੱਚ ਜਦੋਂ ਰਸ਼ ਹੁੰਦਾ ਹੈਗਾ ਤਾਂ ਉਸ ਸਮੇਂ ਦੇ ਵਿੱਚ ਲਾਈਟਿੰਗ ਵਗੈਰਾ ਤਾਂ ਬਹੁਤ ਸੋਹਣੀ ਲੱਗਦੀ ਆ, ਪਰ ਗੈਸਟ ਜ਼ਿਆਦਾ ਹੋਣ ਦੇ ਕਾਰਨ ਮਤਲਬ ਬਹੁਤ ਸਾਰੇ ਸ਼ਾਇ ਫੀਲ ਕਰਦੇ ਕੈਮਰੇ ਦੇ ਸਾਹਮਣੇ ਆਉਣ ਤੋਂ, ਅਤੇ ਆਪਾਂ ਨੂੰ ਵੀ ਹੁੰਦਾ ਵੀ ਚਲੋ ਗੈਸਟ ਨਾ ਹੋਣ ਤਾਂ ਜ਼ਿਆਦਾ ਵਧੀਆ ਹੈਗਾ, ਆਪਾਂ ਉਸ ਟਾਈਮ 'ਤੇ ਜਾਈਏ ਜਦੋਂ ਗੈਸਟ ਨਾ ਹੋਣ, ਇਸ ਕਰਕੇ ਆਪਾਂ ਆਫਟਰਨੂਨ ਟਾਈਮ 'ਤੇ ਆਏ ਹਾਂ। ਅਤੇ ਆ ਜਾਓ ਹੁਣ ਆਪਾਂ ਚੱਲਦੇ ਹਾਂ ਥੱਲੇ ਨੂੰ ਅਤੇ ਆਪਾਂ ਫੂਡ ਮੈਨਿਊ ਦੇਖਦੇ ਹਾਂ, ਮੈਨਿਊ ਦੇ ਵਿੱਚ ਆਪਾਂ ਨੂੰ ਕੀ ਮਿਲ ਸਕਦਾ। ਲੈ ਵੀ ਤੁਸੀਂ ਵੀ ਨਾਲ ਦੀ ਨਾਲ ਮੈਨਿਊ ਰੀਡ ਆਊਟ ਕਰਦੇ ਰਹੋ ਤਾਂ ਜੋ ਜੇ ਤੁਸੀਂ ਦੁਬਾਰਾ ਇੱਥੇ ਵਿਜ਼ਿਟ ਕਰੋ ਤਾਂ ਦੁਬਾਰਾ ਜਾਂ ਪਹਿਲੀ ਵਾਰ ਵੀ ਕਰੋ ਤਾਂ ਤੁਹਾਨੂੰ ਪਤਾ ਹੋਵੇ ਵੀ ਜਿਹੜੇ ਇੱਥੋਂ ਦੇ ਪ੍ਰਾਈਸਿਸ ਉਹ ਕੀ ਆ ਅਤੇ ਆਪਾਂ ਨੂੰ ਕੀ ਖਾਣ ਨੂੰ ਮਿਲ ਸਕਦਾ। ਫਿਲਹਾਲ ਆਪਾਂ ਇੱਕ ਵਾਰੀ ਮੈਨੂ ਪੜ੍ਹਦੇ ਹਾਂ ਅਤੇ ਉਸ ਤੋਂ ਬਾਅਦ ਔਡਰ ਕਰਦੇ ਹਾਂ ਅਤੇ ਉਸ ਤੋਂ ਬਾਅਦ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਫੂਡ ਕਿੱਦਾਂ ਦਾ ਬਣਿਆ ਅਤੇ ਕਿੱਦਾਂ ਦਾ ਲੱਗਾ। ਲਓ ਵੀ ਬਾਰ ਮੈਨਿਊ ਵੀ ਆਪਾਂ ਇੱਕ ਵਾਰੀ ਪੜ੍ਹ ਲੈਂਦੇ ਹਾਂ ਅਤੇ ਤੁਸੀਂ ਵੀ ਪੜ੍ਹ ਸਕਦੇ ਹੋ।
ਖੈਰ ਡਰਿੰਕਸ ਇਹਨਾਂ ਨੇ ਸਾਰੀਆਂ ਹੀ ਰੱਖੀਆਂ ਹੋਈਆਂ ਨੇ, ਜਿਵੇਂ ਆਪਾਂ ਦੇਖ ਰਹੇ ਹਾਂ ਰੈਗੂਲਰ ਆ, ਪ੍ਰੀਮੀਅਮ ਆ, ਟਕੀਲਾ, ਵੋਡਕਾ, ਰਮ, ਟੈਂਕਰੀ, ਤਕਰੀਬਨ ਸਾਰੇ ਤਰ੍ਹਾਂ ਦੀਆਂ ਲਿਕਵਿਡਸ ਇਹਨਾਂ ਕੋਲ ਅਵੇਲੇਬਲ ਹੈਗੀਆਂ ਨੇ। ਲਓ ਜੀ, ਆਪਣਾ ਫੂਡ ਆ ਚੁੱਕਿਆ ਅਤੇ ਆਪਾਂ ਮੰਗਾਇਆ ਸੂਪ, ਅਤੇ ਸੂਪ ਆਪਾਂ ਟੇਸਟ ਕਰਕੇ ਦੇਖਦੇ ਹਾਂ ਅਤੇ ਤੁਹਾਨੂੰ ਦੱਸਦੇ ਕਿੱਦਾਂ ਦਾ ਬਣਿਆ। ਅਤੇ ਹੁਣ ਆਪਣਾ ਆ ਚੁੱਕਿਆ ਸੀਜ਼ਲਰ, ਅਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹੈਗਾ ਕਿ ਮੈਨੂੰ ਸਭ ਤੋਂ ਵਧੀਆ ਜਿਹੜੀ ਖਾਣ ਦੇ ਲਈ ਸਨੈਕਸ ਕਹਿ ਲਓ ਜਾਂ ਕੁਛ ਵੀ ਹੈ, ਜਾਂ ਤੁਸੀਂ ਲੰਚ ਹੀ ਕਹਿ ਲਓ, ਤਾਂ ਮੈਨੂੰ ਸੀਜ਼ਲਰ ਸਭ ਤੋਂ ਘੈਂਟ ਲੱਗਦਾ ਸਰਦੀਆਂ ਵਿੱਚ, ਕਿਉਂਕਿ ਇਹਦੇ ਵਿੱਚ ਲੰਮਾ ਸਮਾਂ ਜਿਹੜਾ ਤੁਹਾਡਾ ਫੂਡ ਆ ਉਹ ਗਰਮ ਰਹਿ ਸਕਦਾ। ਅਤੇ ਲਓ ਜੀ, ਆ ਜਾਓ ਫਿਰ ਆਪਾਂ ਹੁਣ ਕਰਦੇ ਹਾਂ ਟੇਸਟ ਫੂਡ ਦਾ। ਯੈਸ, ਯੈਸ, ਗੁੱਡ। ਲੈ ਵੀ ਫੂਡ ਆਪਾਂ ਨੂੰ ਵਧੀਆ ਲੱਗਿਆ ਅਤੇ ਆਪਾਂ ਫੂਡ ਦਾ ਜਿਹੜਾ ਮਜ਼ਾ ਉਹ ਲੈਂਦੇ ਹਾਂ। ਅਤੇ ਤੁਸੀਂ ਵੀ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ, ਪਲੇਸ ਕਿੱਦਾਂ ਦੀ ਲੱਗੀ। ਜਲਦੀ ਮਿਲਦੇ ਹਾਂ ਤੁਹਾਨੂੰ ਨਵੀਂ ਵੀਡੀਓ ਦੇ ਨਾਲ, ਉਦੋਂ ਤੱਕ ਦੇ ਲਈ ਮੈਂ ਕਰਦਾ ਫੂਡ ਇੰਜੋਏ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।